स्वागत है रेडियो स्पाइसियां तरंगा तो जिथे असीं तुहानूं जी आयां नूं आखदे आं उत्थे साडे नाल ओजी 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 ओए 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 सरदार नवजोत सिंह संधू जी न्यूजीलैंड वास्ते समूह सिख भाईचारे नूं आस्ट्रेलिया तों जी पंजाबी काउंसिल ऑफ आस्ट्रेलिया तों ते नवजोत सिंह संधू वल्लों जी निजी रूप च बहुत प्यार भरी सति श्री अकाल। बहुत सोहणे लग रहे संधू साहिब तुसीं, क्या बात है। असीं हमेशा वांग ਸਾਡੀ ਮਾਂ ਨੇ ਸਾਨੂੰ ਸੋਹਣਾ ਜੰਮਿਆ ਤਾਂ ਸੋਹਣੇ ਰਹਿਣਾ ਹੀ। ਕਿਆ ਬਾਤ ਆ, ਕਿਆ ਬਾਤ ਆ। ਸੰਧੂ ਸਾਹਿਬ ਤੁਸੀਂ ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਦੀ ਗੱਲ ਕੀਤੀ ਜੀ, ਤੇ ਪਹਿਲਾਂ ਤਾਂ ਸ਼ੁਰੂਆਤ ਇਹ ਦੱਸੋ ਵੀ ਤੁਹਾਡੇ ਵਰਗਾ ਸੋਹਣਾ ਸੁਨੱਖਾ ਉੱਚਾ ਲੰਮਾ ਪੰਜਾਬੀ ਜਿਹੜਾ ਉਹ ਕੰਗਾਰੂਆਂ ਦੇ ਦੇਸ਼ ਦਾ ਵਸਨੀਕ ਕਿਵੇਂ ਬਣਿਆ, ਸਬੱਬ ਕਿਵੇਂ ਬਣਿਆ? ਇਹ ਤਾਂ ਮੈਨੂੰ ਪਤਾ ਵੀ ਐਗਰੀਕਲਚਰ ਯੂਨੀਵਰਸਿਟੀ ਵਾਲੇ ਜਿਹੜੇ ਆ ਉਹ ਉੱਥੋਂ ਟੈਕਸੀ ਚਲਾਉਣ ਦੇ ਹਿਸਾਬ ਦੇ ਨਾਲ ਮੈਪ ਲੈ ਕੇ ਹੀ ਤੁਰਦੇ ਸੀ। ਕੋਈ ਸਿਡਨੀ ਦਾ ਮੈਪ ਲੈ ਕੇ ਤੁਰਦਾ ਸੀ, ਕੋਈ ਮੈਲਬਰਨ ਦਾ ਮੈਪ ਲੈ ਕੇ ਤੁਰਦਾ ਸੀ। ਮੈਨੂੰ ਮਨਜੀਤ ਸਿੰਘ ਬਿੱਲਾ ਪਹਾੜੀ ਸਾਡਾ ਜਿਹੜਾ ਉਹ ਬਹੁਤ ਵਾਰ ਸ਼ਗਲ ਦੇ ਵਿੱਚ ਇਹ ਗੱਲਾਂ ਦੱਸਦੇ ਹੁੰਦੇ ਆ ਤੇ ਹੁਣ ਤੁਸੀਂ ਆਪਣਾ ਸਬੱਬ ਦੱਸੋ ਕਿਵੇਂ ਬਣਿਆ। ਮੇਰਾ ਸਬੱਬ ਮੈਂ ਤਾਂ ਹੁਣ ਦਾ ਜਿਹੜਾ ਸਿਰਾ ਆਪਣੇ ਛੋਟੇ ਵੀਰ ਨੂੰ ਦਊਂਗਾ, ਕੁਲਜੀਤ ਨੂੰ। ਅੱਛਾ, ਤੇ ਕੁਲਜੀਤ ਦਾ ਕਰਕੇ ਮੈਨੂੰ ਜਿਹੜਾ ਆ ਇਹ ਪ੍ਰੋਗਰਾਮ ਬਣਾਉਣਾ ਪਿਆ ਇਹਦਾ ਜੀ, ਕਿਉਂਕਿ ਮੇਰੇ ਪਿਤਾ ਜੀ ਜਿਹੜੇ ਕਿ ਆਪਣੇ ਸੀਨੀਅਰ ਇਕਨੋਮਿਸਟ ਸੀਗੇ, ਵਰਲਡ ਰਿਨਾਊਂਡ ਸੀਗੇ ਇਕਨੋਮਿਸਟ। ਅੱਛਾ ਜੀ, ਡਾਕਟਰ ਰਜਿੰਦਰ ਸਿੰਘ ਸੰਧੂ ਜੀ, ਉਹਨਾਂ ਦੀ 1992 ਦੇ ਵਿੱਚ ਡੈਥ ਹੋ ਜਾਂਦੀ ਹੈ। ਓਹੋ, ਤੇ ਉਸ ਤੋਂ ਬਾਅਦ ਫਿਰ ਕੁਲਜੀਤ ਉਦੋਂ 12ਵੀਂ ਜਮਾਤ ਚ ਪੜ੍ਹਦਾ ਸੀਗਾ। ਅੱਛਾ ਜੀ, ਤਾਂ ਵੱਡਾ ਭਰਾ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਸੀ ਕਿ ਕੁਲਜੀਤ ਨੂੰ ਉਹ ਸਾਰੀਆਂ ਸਹੂਲਤਾਂ ਜਾਂ ਸਾਰਾ ਕੁਝ ਮੈਂ ਇਹਨੂੰ ਲੁੱਕ ਆਫਟਰ ਕਰ ਸਕਾਂ ਜਿੱਦਾਂ ਮੇਰੇ ਪਿਤਾ ਜੀ ਨੇ ਕਰਨਾ ਸੀਗਾ। ਅੱਛਾ ਜੀ, ਸੋ ਫਿਰ ਉਹਨਾਂ ਦਿਨਾਂ ਦੇ ਵਿੱਚ ਸਾਡੇ ਜਿਹੜੇ ਐਗਰੀਕਲਚਰ ਗ੍ਰੈਜੂਏਟ ਇਹਨਾਂ ਦੀ ਮਾਈਗ੍ਰੇਸ਼ਨ ਹੋ ਰਹੀ ਸੀ। ਅੱਛਾ ਜੀ, ਸੋ ਮੈਂ ਇਹ ਕੈਲਕੂਲੇਟਡ ਰਿਸਕ ਲਿਆ। ਅੱਛਾ, ਆਪਣੀ ਐਪਲੀਕੇਸ਼ਨ ਲਾ ਕੇ ਆਪਣੇ ਮਾਤਾ ਨੂੰ ਤੇ ਬ੍ਰਦਰ ਨੂੰ ਆਪਣੇ ਡਿਪੈਂਡੈਂਟ ਬਣਾਇਆ। ਅੱਛਾ ਜੀ, ਇਹ ਮੇਰੇ ਡਿਪੈਂਡੈਂਟ ਆ। ਸੋ ਮੇਰੀ ਇੰਟਰਵਿਊ ਸਾਰੀ ਇੱਥੇ ਘੁੰਮਦੀ ਰਹੀ ਆਸਟ੍ਰੇਲੀਆ ਵਾਲਿਆਂ ਦੀ ਕਿ ਵੀ ਤੁਸੀਂ ਕਿੱਦਾਂ ਇਹਨੂੰ ਡਿਪੈਂਡੈਂਟ ਸਮਝਦੇ ਹੋ। ਮੈਂ ਫਿਰ ਸਮਝਾਇਆ ਉਹਨਾਂ ਨੂੰ ਕਿ ਸਾਡੇ ਸਮਾਜਿਕ ਪ੍ਰਬੰਧ ਦੇ ਵਿੱਚ ਜਿਹੜਾ ਵੱਡਾ ਭਰਾ ਆ ਉਹ ਪਿਤਾ ਦਾ ਥਾਂ ਲੈ ਲੈਂਦਾ ਜਦੋਂ ਉਹ ਆਪਣਾ ਪਿਤਾ ਜੀ ਗੁਜ਼ਰ ਜਾਂਦੇ ਆ, ਤੇ ਮੈਂ ਲੁੱਕ ਆਫਟਰ ਕਰਦਾ। ਕਹਿੰਦੇ ਤੁਸੀਂ ਇਹਨੂੰ ਸਪੋਰਟ ਕਰਦੇ ਹੋ, ਫੀਸ ਭਰਦੇ ਹੋ। ਮੈਂ ਕਿਹਾ ਜੀ ਮੈਂ ਸਾਰਾ ਕੁਛ ਕਰਦਾ ਜੀ। ਤੇ ਉਹ ਫਿਰ ਅਸੀਂ ਇਸ ਗੱਲੋਂ ਸੁਭਾਗੇ ਸੀਗੇ ਕਿ ਮੇਰੇ ਮਾਂ ਦਾ, ਮੇਰੇ ਭਰਾ ਦਾ ਮੇਰੇ ਨਾਲ ਡਾਇਰੈਕਟ 126 ਸਬ ਕਲਾਸ ਦੇ ਵਿੱਚ। ਅੱਛਾ ਜੀ, 10 ਅਗਸਤ 1997 ਨੂੰ ਵੀਜ਼ਾ ਲੱਗ ਗਿਆ। ਅੱਛਾ, ਸਾਡੇ ਤੇ ਸ਼ਰਤ ਇਹ ਸੀਗੀ ਕਿ ਤੁਸੀਂ 17 ਅਗਸਤ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚ ਜਾਣਾ, ਇਹ ਤਾਂ ਤੁਹਾਨੂੰ ਦੁਬਾਰਾ ਫੋਟੋ ਸ਼ੂਟ ਹੋਰ ਜੀ ਲਾਉਣੀ ਪਊਗੀ। ਇਹ ਜਿਹੜਾ ਸੈਕਸ਼ਨ ਦਾ ਬਾਈ ਜੀ ਨੇ ਜ਼ਿਕਰ ਕੀਤਾ ਨਾ, ਇਹਦੇ ਵਿੱਚ ਵੀ ਕਾਰਨ ਆ ਕਿ ਬਾਈ ਜੀ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਨੇ, ਜਿਸ ਕਰਕੇ ਸਾਰੇ ਸੈਕਸ਼ਨ ਇਹਨਾਂ ਨੂੰ ਰੱਟਾ ਲਾਇਆ ਹੋਇਆ ਇਹਨਾਂ ਨੇ, ਜਿਵੇਂ ਮੈਂ ਬਾਪੂ ਤੋਂ ਡਰਦੇ ਨੇ 17 ਦੇ ਪਹਾੜੇ ਨੂੰ ਰੱਟਾ ਲਾਇਆ ਹੁੰਦਾ ਸੀ। ਨਹੀਂ, ਰੱਟਾ ਦਾ ਜੀ, ਕਿਉਂਕਿ ਉਹ ਉਸ ਚੀਜ਼ ਨਾਲ ਸਾਡੇ ਇੱਕ ਪਰਿਵਾਰਕ ਲਾਟਰੀ ਖੁੱਲੀ ਸੀ, ਤਾਂ ਕਰਕੇ ਉਹ ਸਭ ਕਲਾਸ ਸਾਨੂੰ ਹੁਣ ਤੱਕ ਭੁੱਲੇ ਨਹੀਂ ਚੇਤੇ ਆ। ਹੁਣ ਤੱਕ ਮੈਂ ਪਾਸਪੋਰਟ ਸੰਭਾਲ ਕੇ ਰੱਖਿਆ ਹੋਇਆ ਜੀ। ਕਿਆ ਬਾਤ ਆ। ਸੋ ਬਾਅਦ ਵਿੱਚ ਤੁਹਾਡੇ ਪਰਿਵਾਰ ਦੇ ਹੋਰ ਵੀ ਮੈਂਬਰਾਂ ਨੇ ਤੁਹਾਨੂੰ ਜੁਆਇਨ ਕੀਤਾ? ਜੀ ਜੀ, ਮੇਰੇ ਸਿਰੇ ਅਸੀਂ 5 ਭੈਣ ਭਰਾ ਹੁਣ ਆਸਟ੍ਰੇਲੀਆ ਦੇ ਵਸਨੀਕ। ਬਹੁਤ ਬੜੀ ਪਰਮਾਤਮਾ ਦੀ ਕਿਰਪਾ ਆ, ਮਾਤਾ ਬੜੀ ਖੁਸ਼ ਜਦੋਂ ਰੁਖਸਤ ਹੋਈ ਆ ਕਿ ਸਾਰਾ ਪਰਿਵਾਰ ਮੇਰਾ ਇਕੱਠਾ ਹੋ ਗਿਆ। ਪੱਪੇ ਨਾਲ ਹੀ ਪ੍ਰਭਜੋਤ, ਪੱਪੇ ਨਾਲ ਹੀ ਪਰਮਾਤਮਾ, ਪੱਪੇ ਨਾਲ ਹੀ ਪੰਜਾਬੀ, ਤੇ ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਦੀ ਵੀ ਜਾਣਕਾਰੀ ਦਿਓ ਜੀ। ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਅਸੀਂ, ਕਿਉਂਕਿ ਜਦੋਂ ਬੰਦਾ ਆਣ ਕੇ ਨਵੇਂ ਥਾਂ ਤੇ ਵੱਸਦਾ ਆ ਤਾਂ ਸਭ ਤੋਂ ਪਹਿਲਾਂ ਉਹਦਾ ਧਿਆਨ ਜਾਂਦਾ ਕਿ ਮੈਂ ਆਪਣੇ ਸੱਭਿਆਚਾਰ ਨਾਲ ਟੁੱਟ ਗਿਆ ਆ, ਮੈਂ ਆਪਣੇ ਸੱਭਿਆਚਾਰ ਦੇ ਨਾਲ ਜੁੜਨਾ ਕਿੱਦਾਂ ਆ ਔਰ ਕਿਸ ਤਰ੍ਹਾਂ ਮੈਂ ਇਹਨੂੰ ਕਾਇਮ ਰੱਖਣਾ। ਸੱਭਿਆਚਾਰ ਤੋਂ ਗੱਲ ਯਾਦ ਆ ਗਈ, ਅਗਲੀ ਗੱਲ ਫੇਰ ਪੂਰੀ ਕਰਾਂਗੇ। ਜਸਵੰਤ ਸੰਦੀਲੇ ਨਾਲ ਤੁਹਾਡਾ ਬੜਾ ਪਿਆਰ ਆ, ਕਿਆ ਬਾਤ ਹੈ ਜੀ। ਉਹ ਪਿਆਰ ਕਿੱਦਾਂ ਜੁੜਿਆ? ਸੰਦੀਲਾ ਸਾਹਿਬ ਸਾਡੇ ਸੀਨੀਅਰ ਸੀਗੇ, ਅਸੀਂ ਜਿਹਨਾਂ ਦਿਨਾਂ 'ਚ ਅਸੀਂ ਯੂਨੀਵਰਸਿਟੀ ਪੜ੍ਹਦੇ ਸੀ ਉਹਨਾਂ ਦਿਨਾਂ 'ਚ ਉੱਥੋਂ ਤਕਰੀਬਨ ਐਮਏ ਕਰਕੇ ਮੈਨੂੰ ਲੱਗਦਾ ਗੌਰਮੈਂਟ ਕਾਲਜ ਤੋਂ ਨਿਕਲ ਚੁੱਕੇ ਸੀਗੇ। ਅੱਛਾ ਜੀ, ਬਟ ਜਿੰਨੇ ਸਾਡੇ ਸੱਜਣ ਸੀਗੇ ਸਾਰੇ ਸੱਜਣਾਂ ਦੇ ਵਿਆਹਾਂ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਜਿਹਨੂੰ ਕਹਿੰਦੇ ਵੀ ਗ੍ਰੈਜੂਏਟ ਗਵੱਈਏ ਵਜੋਂ ਸੰਦੀਲਾ ਭਾਜੀ ਜਿਹੜੇ ਆ ਉਹ ਛਾਏ ਹੋਏ ਸੀਗੇ। ਉਹੀ ਗਾਣਾ ਸੀ ਇੱਕ ਕੁੜੀ ਕੂੰਜ ਵਰਗੀ, ਕੁੜੀ ਕੂੰਜ ਵਰਗੀ, ਉਹ ਕੁੜੀ ਕੂੰਜ ਵਰਗੀ ਜਿਹੜਾ ਉਹਨਾਂ ਨੇ ਆਪ ਨੇ ਰਿਕਾਰਡ ਕਰਾਇਆ, ਬਾਅਦ ਚ ਮਾਣਕ ਸਾਹਿਬ ਨੇ ਰਿਕਾਰਡ ਕਰਾਇਆ। ਉਹ ਉਦੋਂ ਗੱਭਰੂਆਂ ਦੇ ਦਿਲਾਂ ਦੇ ਵਿੱਚ ਵੱਸਦਾ ਕੀ ਸੀ, ਮਾਣਕ ਸਾਹਿਬ ਉਹਨਾਂ ਦੀ ਯਾਰੀ ਬਹੁਤ ਸੀ ਵੈਸੇ। ਜਦੋਂ ਕਹਿੰਦੇ ਨਾ ਕਦੇ ਜਦੋਂ ਗੋਰੇ ਹੱਥ ਧਰਦੀ ਸੀ ਕਾਲੀਆਂ ਗੋਤਾਂ ਤੇ ਪਰਲੋ ਜਿਹੀ ਸੀ ਆਉਂਦੀ ਬਗਾਨਿਆਂ ਪੁੱਤਾਂ ਤੇ ਇੱਥੇ ਰੱਖ, ਸੋ ਉਹ ਉਦੋਂ ਦਾ ਇੱਕ ਦੋ ਗੋਤਾਂ ਵਾਲਾ ਫੈਸ਼ਨ ਸੀਗਾ। ਉਸ ਫੈਸ਼ਨ ਨੂੰ ਜਦੋਂ ਉਹਨੇ ਆਪਣੇ ਗੀਤ ਰੂਪ ਮਾਨ ਕੀਤਾ ਤਾਂ ਗੱਭਰੂਆਂ ਦੇ ਹਿੱਕ ਚ ਵੱਜਦਾ ਦਿਸਦਾ। ਹੁਣ ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਦੀ ਲੜੀ ਜੋੜੋ। ਸੋ ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਅਸੀਂ 2006 ਦੇ ਵਿੱਚ ਸਥਾਪਿਤ ਕੀਤੀ ਸੀਗੀ। ਅੱਛਾ ਜੀ, ਇਸ ਮਨਸ਼ੇ ਨਾਲ ਕਿ ਅਸੀਂ ਆਪਣਾ ਬਣਦਾ ਆਪਣੇ ਹਿੱਸੇ ਦਾ ਯੋਗਦਾਨ ਜਿਹੜਾ ਸੱਭਿਆਚਾਰ ਦੇ ਵਿੱਚ ਪਾ ਸਕੀਏ। ਅੱਛਾ ਜੀ, ਸੋ ਅਸੀਂ ਮੁੱਖ ਤੌਰ ਤੇ ਕੇਂਦਰ ਤੇ ਰੱਖਿਆ, ਕਿਉਂਕਿ ਗਿੱਧੇ ਭੰਗੜੇ ਕਰਾਉਣ ਵਾਲੀਆਂ ਤਾਂ ਹੋਰ ਸੰਸਥਾਵਾਂ ਬਹੁਤ ਸਾਰੀਆਂ ਸੀਗੀਆਂ ਜਿਹੜੀਆਂ ਬਹੁਤ ਬਾਖੂਬੀ ਇਸ ਚੀਜ਼ ਨੂੰ ਅੱਗੇ ਲੈ ਕੇ ਜਾ ਰਹੀਆਂ ਸੀਗੀਆਂ ਜੀ ਭਾਜੀ।
ਸੋ ਸਾਡਾ ਜ਼ਿਆਦਾ ਧਿਆਨ ਸੀਗਾ ਕਿ ਜਿਹੜੇ ਸਾਹਿਤ ਜਾਂ ਕਲਚਰ ਦੇ ਨਾਲ ਜਾਂ ਕਿਸੇ ਨੇ ਵੀ ਪੰਜਾਬੀਆਂ ਨੇ ਸਪੋਰਟਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਆ ਜੀ, ਉਹਨਾਂ ਨੂੰ ਅਕਨੋਲੇਜ ਕਰਨ ਵਾਸਤੇ ਕੋਈ ਪ੍ਰਬੰਧ ਨਹੀਂ ਸੀ ਹੈਗਾ। ਅੱਛਾ, ਸੋ ਅਸੀਂ 2007 ਤੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ। ਪੰਜਾਬੀਅਤ ਦਾ ਮਾਣ ਅਵਾਰਡ ਦੇਣ ਲਈ ਹਰ ਸਾਲ 4 ਅਵਾਰਡ ਦਿੱਤੇ ਜਾਂਦੇ ਸੀਗੇ, ਜਿਹੜੇ ਸੱਭਿਆਚਾਰ ਖੇਤਰ ਦੇ ਵਿੱਚ, ਖੇਡਾਂ ਦੇ ਖੇਤਰ ਵਿੱਚ, ਜਾਂ ਜਿਹਨੇ ਵੀ ਕਿਸੇ ਧਾਰਮਿਕ ਸਾਹਿਤ ਖੇਤਰ ਚ ਉਹ ਵਡਮੁੱਲਾ ਯੋਗਦਾਨ ਪਾਇਆ। ਮੈਨੂੰ ਯਾਦ ਆ ਸਵਰਨ ਟਹਿਣਾ ਜੀ, ਸਭ ਤੋਂ ਪਹਿਲਾਂ ਵਿਦੇਸ਼ੀ ਖੇਰੀ ਉਹਨਾਂ ਨੇ ਤੁਹਾਡੀ ਬਦੌਲਤੀ ਹੋ ਸਕੀ। ਹਾਂਜੀ ਹਾਂਜੀ, ਸੋ ਜਿਹਨੇ ਵੀ ਆਸਟ੍ਰੇਲੀਆ ਦੇ ਵਿੱਚ ਜਿਹਨਾਂ ਨੇ ਮੱਲਾਂ ਮਾਰੀਆਂ ਨੇ, ਸਭ ਤੋਂ ਪਹਿਲੇ ਬੀਬੀ ਜੀ ਸੀਗੇ ਜਿਹੜੇ ਗ੍ਰੰਥੀ ਸਿੰਘ ਸੀਗੇ, ਭਾਰਤ ਗ੍ਰੰਥੀ ਸੀਗੇ, ਉਹਨਾਂ ਨੂੰ ਕੀਤਾ। ਸਭ ਤੋਂ ਪਹਿਲੇ ਜਿਹੜੇ ਪਗੜੀਧਾਰੀ ਫਾਇਰ ਬ੍ਰਿਗੇਡ ਅਫਸਰ ਸੀਗੇ, ਅੱਛਾ, ਉਹਨਾਂ ਨੂੰ ਲੱਭ ਕੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਤਰ੍ਹਾਂ ਨਾਲ ਜਿਹੜੇ ਵੀ ਕਿਸੇ ਨੇ ਪੰਜਾਬੀ ਨੇ ਆਸਟ੍ਰੇਲੀਆ ਵਿੱਚ ਆਣ ਕੇ ਵਿਲੱਖਣ ਕੰਮ ਕੀਤਾ ਹੈ, ਉਹਨਾਂ ਨੂੰ ਅਕਨੋਲੇਜ ਕਰਨ ਦਾ ਕੰਮ ਹੁੰਦਾ। ਇਹਦਾ ਸਾਡਾ ਦੋਹਰਾ ਅਰਥ ਸੀਗਾ। ਅਸੀਂ ਇਹ ਸਮਾਗਮ ਅਸੀਂ ਪਾਰਲੀਮੈਂਟ ਚ ਕਰਦੇ ਹੁੰਦੇ ਸੀਗੇ, ਬਿਲਕੁਲ ਸਹੀ। ਤੇ ਪਾਰਲੀਮੈਂਟ ਦੇ ਵਿੱਚ, ਕਿਉਂਕਿ ਪਾਰਲੀਮੈਂਟ ਸੈਸ਼ਨ ਚੱਲਦਾ ਸੀਗਾ, 20 ਤੋਂ 25 MP ਜਿਹੜੇ ਆ ਉਸ ਪ੍ਰੋਗਰਾਮ ਦਾ ਹਿੱਸਾ ਬਣਦੇ ਸੀਗੇ। ਅੱਛਾ ਜੀ। ਸੋ ਉਹ ਦੂਰਾ ਮਕਸਦ ਸੀਗਾ ਕਿ ਅਸੀਂ ਇੱਕ ਪੁਲ ਦਾ ਕੰਮ ਕਰਦੇ ਸੀ ਕਿ ਜਿਹੜੇ ਆਸਟ੍ਰੇਲੀਅਨ ਹੈਗੇ ਨੇ ਉਹਨਾਂ ਤੱਕ ਸਾਡੇ ਜਿਹੜੀਆਂ ਮਾਰੀਆਂ ਹੋਈਆਂ ਮੱਲਾਂ ਨੇ ਉਹਨਾਂ ਤੱਕ ਸੁਨੇਹਾ ਜਾਂਦਾ ਸੀਗਾ ਕਿ ਵੀ ਇਹ ਪੰਜਾਬੀ ਕੌਮ ਜਿਹੜੀ ਆ ਵੱਡੀਆਂ ਮੱਲਾਂ ਮਾਰਨ ਵਾਲੀ ਆ, ਤੇ ਜਿਹੜੀ ਸਾਡੀ ਆਪਣੀ ਪੰਜਾਬੀ ਭਾਈਚਾਰਾ ਆ ਉਹਨਾਂ ਦਾ ਇੱਕ ਰਾਬਤਾ ਬਣਾਉਣ ਦਾ ਯਤਨ ਸੀਗਾ ਕਿ ਜਿਹੜਾ ਸਰਕਾਰ ਦਾ ਜਿਹੜਾ ਖੌਫ ਨਾ ਦਵਾ ਕੇ ਰਹੇ ਉਹਨਾਂ ਦੇ, ਸਰਕਾਰ ਨੂੰ ਐਂ ਲੱਗੇ ਕਿ ਸਰਕਾਰ ਸਾਡੀ ਆਪਣੀ ਸੈਂਸ ਆਫ ਬਿਲੋਂਗਿੰਗ ਉਹਨਾਂ ਦੇ ਅੰਦਰ ਡਿਵੈਲਪ ਸੈਂਸ ਆਫ ਬਿਲੋਂਗਿੰਗ। ਮੈਨੂੰ ਇਹ ਦੱਸੋ ਸੰਧੂ ਸਾਹਿਬ, ਜਦੋਂ ਤੁਹਾਡੀ ਸ਼ਖਸੀਅਤ ਬਾਰੇ ਚਰਚਾ ਹੁੰਦੀ, ਕਿੰਨੇ ਲੋਕ ਆ ਜਿਹੜੇ ਫੇਸਬੁੱਕ ਤੇ ਤੁਹਾਡੀਆਂ ਇਬਾਰਤਾਂ ਦੇ ਸ਼ੁਭ ਚਿੰਤਕ ਨੇ, ਕਿੰਨੇ ਲੋਕ ਆ ਜਿਹੜੇ ਤੁਹਾਡੀਆਂ ਗੱਲਾਂ ਨੂੰ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਮੱਲੋ ਜ਼ੋਰੀ ਪ੍ਰੇਰਨਾ ਆਉਂਦੀ ਆ, ਉਹਨਾਂ ਦੇ ਵਿੱਚ ਜੀਵਨ ਜਾਂਚ ਉਹਨਾਂ ਦੀ ਬਹੁਤ ਖੂਬਸੂਰਤ ਹੋ ਜਾਂਦੀ ਆ, ਰਵਾਂ ਹੋ ਜਾਂਦੀ ਆ ਉਹ ਜੀ। ਇਹ ਜਿਹੜੀ ਰਵਾਨਗੀ ਹੈ, ਚਾਹੇ ਦੇਸ਼ ਸੀ ਚਾਹੇ ਪ੍ਰਦੇਸ਼ ਸੀ, ਤੁਸੀਂ ਇਹਨੂੰ ਪਰਛਾਵੇਂ ਵਾਂਗ ਨਾਲ ਲੈ ਕੇ ਤੁਰੇ, ਲੇਕਿਨ ਇਹ ਸਾਰੇ ਰਾਮ ਰੌਲੇ ਦੇ ਵਿੱਚ ਜਿਹੜਾ ਤੁਸੀਂ ਜ਼ਿੰਦਗੀ ਦੇ ਇਸ ਕਾਫਲੇ ਦੇ ਵਿੱਚ ਬਹੁਤ ਸਾਰੇ ਸਾਹਿਤਕਾਰਾਂ, ਪੱਤਰਕਾਰਾਂ, ਕਬੱਡੀ ਦੇ ਕਮੈਂਟੇਟਰਸ ਦੇ ਨਾਲ ਜਿਹੜੀ ਤੁਹਾਡੀ ਯਾਰੀ ਆ ਉਹ ਕਦੇ ਗੁੱਝੀ ਨਹੀਂ ਰਹੀ, ਸਭ ਤੋਂ ਪਹਿਲਾ ਬੰਦਾ ਕਿਹੜਾ ਟੱਕਰਿਆ ਸੀ ਜਿਹਨੇ ਤੁਹਾਨੂੰ ਲੱਗਿਆ ਹੋਵੇ ਕਿ ਨਹੀਂ ਯਾਰ ਚਲੋ ਠੀਕ ਆ ਆਪਾਂ ਪੰਜਾਬ ਤੋਂ ਬਾਹਰ ਆ ਕੇ ਵੀ ਪੰਜਾਬ ਦੇ ਵਿੱਚ ਹੀ ਫਿਰਦੇ ਹਾਂ? ਮੈਨੂੰ ਉਹਨਾਂ ਨਾਵਾਂ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਹਾਂ ਬਿਲਕੁਲ ਜੀ, ਤੁਸੀਂ ਬਹੁਤ ਸ਼ਾਨਦਾਰ ਸਵਾਲ ਕੀਤਾ ਜੀ। ਸਭ ਤੋਂ ਪਹਿਲਾਂ ਜਿਹਨਾਂ ਨਾਲ ਸਾਨੂੰ ਅਪਣੱਤ ਲੱਗੀ ਸੀਗੀ ਤੇ ਜਿਹਨਾਂ ਨੂੰ ਹੁੱਬ ਕੇ ਮਿਲਣ ਨੂੰ ਜੀ ਕੀਤਾ ਸੀਗਾ, ਅੱਛਾ, ਉਹ ਸੀਗੇ ਜਦੋਂ ਸਾਡੀਆਂ ਸਿੱਖ ਖੇਡਾਂ ਹੋਈਆਂ 2006 ਦੇ ਵਿੱਚ ਸਿਡਨੀ ਦੇ ਵਿੱਚ, ਅੱਛਾ, ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਪੰਜਾਬ ਸਾਨੂੰ ਗਲਵਕੜੀ ਦੇ ਵਿੱਚ ਲੈ ਰਿਹਾ ਆਸਟ੍ਰੇਲੀਆ ਦੇ ਵਿੱਚ ਆ ਕੇ, ਸੋ ਉਹਨਾਂ ਨਾਲ ਜਿਹੜੀ ਮੁਹੱਬਤ ਆ ਉਹ ਅੱਜ ਤੱਕ ਵੀ ਉਸੇ ਤਰ੍ਹਾਂ ਹੀ ਕਾਇਮ ਆ। ਹੁਣ ਜਦੋਂ ਪਿਛਲੇ 10-15 ਸਾਲਾਂ ਬਾਅਦ ਦੁਬਾਰਾ ਆਏ ਸੀ, ਦੁਬਾਰਾ ਆਉਂਦਿਆਂ ਸਾਰ ਉਹਨਾਂ ਨੇ, ਸਭ ਤੋਂ ਮੈਨੂੰ ਇਸ ਗੱਲ ਦਾ ਮਾਣ ਹੈ, ਸਭ ਤੋਂ ਪਹਿਲਾਂ ਮਹਿੰਗਾ ਸਿੰਘ ਨੂੰ ਪੁੱਛਿਆ ਵੀ ਪ੍ਰਭ ਜੀ ਉਸ ਸੰਧੂ ਕਿੱਥੇ ਮੰਡੀ ਬੋਰਡ ਨਾਲ ਕੀ ਲੈਣ ਦੇਣ ਤੁਹਾਡਾ? ਮੰਡੀ ਬੋਰਡ ਦੇ ਵਿੱਚ ਵੀ ਜੀ 1988 ਦੇ ਵਿੱਚ ਜਦੋਂ ਰਾਸ਼ਟਰਪਤੀ ਰਾਜ ਸੀਗਾ, ਅੱਛਾ, ਉਦੋਂ ਸਰਦਾਰ ਰਮੇਸ਼ ਚੰਦਰ ਸਿੰਘ ਸਕੱਤਰ ਪੰਜਾਬ ਮੰਡੀ ਬੋਰਡ ਸੀਗੇ, ਬਿਲਕੁਲ, ਤੇ ਸਰਦਾਰ ਮਨੋਜ ਸਿੰਘ ਗਿੱਲ ਸੀਗੇ ਚੇਅਰਮੈਨ ਬਾਈ ਵਿਰਚੂ ਆਫ ਚੇਅਰ, ਉਹ ਜਿਹੜਾ ਹੁੰਦਾ ਸੀਗਾ FCD ਫਾਈਨੈਂਸ਼ੀਅਲ ਕਮਿਸ਼ਨ ਡਿਵੈਲਪਮੈਂਟ ਸੀਗੇ ਜੀ। ਉਦੋਂ ਇਹਨਾਂ ਨੇ ਤਹੱਈਆ ਕੀਤਾ ਸੀਗਾ ਕਿ ਅਸੀਂ ਯੰਗ ਬੱਚੇ ਲੈ ਕੇ ਆਉਣੇ ਜਿਹੜੇ ਨਾ, ਜਿਹੜੇ ਕਿ ਕਿਉਂਕਿ ਮੰਡੀ ਬੋਰਡ ਦੇ ਵਿੱਚ ਇਹ ਰਹਿੰਦਾ ਸੀਗਾ ਕਿ ਇਹਦੇ 'ਚ ਆਪਣਾ ਕਰਪਸ਼ਨ ਬੜੀ ਆ, ਦੂਜੀ ਬੜੀ ਆ, ਇਹਨਾਂ ਨੇ ਸੀਗੀ ਵੀ ਅਸੀਂ ਬਿਨਾਂ ਕਿਸੇ ਗੱਲ ਤੋਂ ਤੋਲ ਤੋਲ ਕੇ ਲੱਭ ਕੇ ਲਿਆਉਣੇ ਬੰਦੇ। ਅੱਛਾ ਜੀ। ਉਦੋਂ ਫਿਰ BSc ਐਗਰੀਕਲਚਰ ਕਰਤੀ ਸੀ ਕੁਆਲੀਫਿਕੇਸ਼ਨ ਇਹਨਾਂ ਨੇ ਸੈਕਟਰੀ ਮਾਰਕੀਟ ਕਮੇਟੀ ਦੀ ਜੀ, ਤੇ ਉਦੋਂ 1100 ਐਪਲੀਕੇਸ਼ਨ ਸੀ, 1100 ਐਪਲੀਕੇਸ਼ਨ ਦੇ ਵਿੱਚੋਂ 18 ਬੰਦੇ ਚੁਣਨੇ ਸੀਗੇ ਜੀ, ਉਹਨਾਂ 18 ਦੇ ਵਿੱਚੋਂ ਇੱਕ ਤੁਹਾਡਾ ਵੀਰ ਸੀਗਾ, ਸੋ 18 ਦੇ ਵਿੱਚ ਸਾਡੀ ਸਿਲੈਕਸ਼ਨ। ਉਦੋਂ ਵੀ ਖੜੀ ਸੀ ਐਨ ਕਾ, ਉਦੋਂ ਵੀ ਗਾਲੀਆਂ ਲਾਉਂਦੇ ਸੀ ਦੂਜੇ ਲੜ ਦੇ ਵਿੱਚ, ਉਹ ਕਿਉਂਕਿ ਉਹਨਾਂ ਮੁੱਛ ਦਾ ਸਤਿਕਾਰ ਕਰਦੇ ਸੀਗੇ ਦੋਨੇ ਜਾਣੇ ਉਹ, ਪਰ ਸਟਾਰ ਬੇਸ਼ਸ ਇਹਦੇ ਸਿੰਘ ਦੀ ਪਰਸਨੈਲਿਟੀ ਤੁਸੀਂ ਜਾਣਦੇ ਹੋ, ਬਿਲਕੁਲ ਬਿਲਕੁਲ, ਕਿ ਮਨੋਜ ਸਿੰਘ ਗਿੱਲ ਉਹਨੇ ਦਸਤਾਰ ਵੀ ਬਹੁਤ ਦਸਤਾਰ ਵੀ, ਸੋ ਮੈਂ ਸਮਝਦਾ ਕਿ ਮੇਰੀ ਜਿਹੜੀ ਮੇਰੀ ਮਾਂ ਨੇ ਦਿੱਤੀ ਜਿਹੜੀ ਇਹ ਮੇਰੀ ਪਰਸਨੈਲਿਟੀ ਆ, ਉਹਨੇ ਇੱਕ ਭਰਵਾਂ ਯੋਗਦਾਨ ਜ਼ਰੂਰ ਪਾਇਆ ਉਹਦੇ ਵਿੱਚ। ਵੈਰੀ ਗੁੱਡ। ਲੱਗਿਆ ਕਿ ਵੀ ਹਾਂ, ਉਹਨਾਂ ਨੂੰ ਲੱਗਿਆ ਵੀ ਆਹ ਬੰਦਾ ਜਿਹੜਾ ਖੜਾ ਤਾਂ ਬਿਠ ਬਿਠਾ ਪਤਾ ਲੱਗੂਗਾ ਵੀ ਅਫਸਰ ਹੈ ਕੋਈ ਹੈ। ਕੁਲਜੀਤ ਸੰਧੂ ਦੀ ਆਵਾਜ਼ ਬੜੀ ਸੋਹਣੀ ਆ, ਇਸ਼ਕ ਤੇਰੀਆਂ ਬਾਤਾਂ ਵੀ ਬਾਬੂ ਆ ਤੇ ਗਲਵੱਕੜੀ ਗੀਤ ਜਦੋਂ ਰਿਲੀਜ਼ ਹੋਇਆ ਤੇ ਮੈਨੂੰ ਯਾਦ ਆ ਪ੍ਰਭ ਜੋ ਸੰਧੂ ਤੇ ਕੁਲਜੀਤ ਸੰਧੂ ਦੋਵੇਂ ਭਰਾ ਜਿਨ੍ਹਾਂ ਨੇ ਮੰਚ ਤੋਂ ਆ ਕੇ ਬਹੁਤ ਖੂਬਸੂਰਤ ਗੱਲਾਂ ਕੀਤੀਆਂ, ਸਾਡਾ ਭਰਾ ਮਿੰਟੂ ਸਰਕਾਰੀਆ ਤੇ ਹਰਪ੍ਰੀਤ ਹੈਪੀ ਜਿਹੜੇ ਆ
ਉਹ ਨੱਚ ਲੈ ਗਾ ਲਿਆ ਪ੍ਰੋਗਰਾਮ ਕਰਾਉਂਦੇ ਹੁੰਦੇ ਸੀ। ਉਹਦੇ ਵਿੱਚ ਚੀਫ ਗੈਸਟ ਦੇ ਤੌਰ ਤੇ ਭਾਜੀ ਹੁਣੀ ਆਏ ਤੇ ਪ੍ਰਮੁੱਖ ਸਿੰਗਰ ਦੇ ਤੌਰ ਤੇ ਇਹਨਾਂ ਦੇ ਛੋਟੇ ਵੀਰ ਕੁਲਜੀਤ ਸੰਧੂ ਨੇ ਬਹੁਤ ਸ਼ਾਨਦਾਰ ਰੰਗ ਰੌਣਕਾਂ ਲਾਈਆਂ। ਫਿਰ ਉਸ ਤੋਂ ਬਾਅਦ ਸਾਡਾ ਭਾਈਚਾਰਾ ਜਿਹੜਾ ਆਪਸ ਦੇ ਵਿੱਚ ਖਾਸ ਤੌਰ 'ਤੇ ਪੱਤਰਕਾਰੀ ਦੇ ਵਿੱਚ ਜਾਂ ਪੰਜਾਬੀ ਜ਼ਬਾਨ ਦੇ ਨਾਲ ਜੁੜੇ ਜਿਹੜੇ ਵੀ ਭੈਣਾਂ ਭਰਾ ਨੇ ਉਹਨਾਂ ਦੀ ਪ੍ਰਭਜੋਤ ਸੰਧੂ ਹੋਣਾ ਨਾਲ ਨੇੜਤਾ ਸਿਰਫ ਇਹਨਾਂ ਦੋਨਾਂ ਮੁਲਕਾਂ ਤੱਕ ਹੀ ਨਹੀਂ ਵੱਖ ਵੱਖ ਮੁਲਕਾਂ ਦੇ ਵਿੱਚ ਇੱਕ ਪੁਲ ਵਾਂਗ ਸਾਂਝ ਦਾ ਕੰਮ ਜਿਹੜਾ ਕਰਦੀ ਰਹੀ ਹੈ। ਅਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਲਗਾਤਾਰਤਾ ਦੇ ਨਾਲ ਇਸ ਨੂੰ ਬਰਕਰਾਰ ਰੱਖਿਆ ਜਾਏਗਾ। ਐਂਡ ਇਟਸ ਆਲਵੇਜ਼ ਟੂ ਵੇ ਟ੍ਰੈਫਿਕ, ਇਹ ਹਮੇਸ਼ਾ ਦੋ ਪਾਸਿਆਂ ਦਾ ਜਿਹੜਾ ਪ੍ਰੇਮ ਆ, ਪਿਆਰ ਆ, ਇਹ ਪਰਸਪਰ ਸਾਂਝ ਇਸੇ ਤਰ੍ਹਾਂ ਬਣੀ ਰਹੇ, ਅਸੀਂ ਉਮੀਦ ਕਰਦੇ ਹਾਂ। ਤੁਹਾਡੇ ਦਿਲ ਦੇ ਸਭ ਤੋਂ ਕਰੀਬ ਗੀਤ ਕਿਹੜਾ ਆ? ਮੇਰੇ ਦਿਲ ਦੇ ਸਭ ਤੋਂ ਕਰੀਬ ਗੀਤ ਮੇਰੇ ਛੋਟੇ ਵੀਰ ਦਾ ਗੱਲ ਵੱਕੜੀ। ਅੱਛਾ, ਕਿਉਂਕਿ ਇੱਕ ਤਾਂ ਉਹ ਮੇਰੇ ਤੋਂ 14 ਸਾਲ ਛੋਟਾ, ਮੈਂ ਉਹਨੂੰ ਗੋਦ ਖੜਾਇਆ, ਤੇ ਗੱਲ ਵੱਕੜੀ ਪੇਟ ਘਰੋੜੀ ਦਾ ਹੈ, ਇੱਕ ਭਰਾਵਾਂ ਦੀ ਗੱਲ ਵੱਕੜੀ, ਇੱਕ ਉਹਨੇ ਰੋਮਾਂਟਿਕ ਗੱਲ ਵੱਕੜੀ ਗਾਈ ਸੀ, ਤੇ ਇੱਕ ਮੈਂ ਸਥਾਈ ਯੰਤਰਾ ਮੈਂ ਦਿੱਤਾ ਸੀ, ਗੀਤ ਪੂਰਾ ਕੀਤਾ ਸੀ ਰਾਜ ਕਾਕੜੇ ਨੇ, ਕਿ ਵੀਰ ਵੀਰਾਂ ਦੀਆਂ ਬਾਹਾਂ ਹੁੰਦੇ ਠੰਡੀਆਂ ਠੰਡੀਆਂ ਛਾਵਾਂ ਹੁੰਦੇ, ਵੀਰ ਭੈਣਾਂ ਦੇ ਮਾਪੇ ਬਣਦੇ ਜਾਨ ਹੁੰਦੇ ਨੇ ਮਾਵਾਂ ਦੀ, ਕਦੇ ਟੁੱਟੇ ਨਾ ਗੱਲ ਵੱਕੜੀ ਰੱਬਾ ਸਕੇ ਭਰਾਵਾਂ ਦੀ। ਜਿਹੜਾ ਸਥਾਈ ਯੰਤਰਾ ਤੁਸੀਂ ਦਿੱਤਾ ਉਹ ਗਾ ਕੇ ਸੁਣਾਓ, ਫੇਰ ਸਵਾਲ ਆਊਗਾ। ਹਾਂਜੀ, ਗਾ ਇਹ ਜ਼ਿਆਦਾ ਵਧੀਆ ਤਾਂ ਕੁਲਜੀਤ ਗਾਉਂਦਾ ਆ, ਮੈਂ ਤਾਂ ਕੋਸ਼ਿਸ਼ ਕਰ ਸਕਦਾ, ਉਹਨਾਂ ਦੀ ਤਰਜ ਇਹੀ ਸੀਗੀ ਸਿੱਧੀ ਸਿੱਧੀ ਸਿੱਧੀ। ਅੱਛਾ। ਵੀਰ ਵੀਰਾਂ ਦੀਆਂ ਬਾਵਾਂ ਹੁੰਦੇ ਠੰਡੀਆਂ ਠੰਡੀਆਂ ਛਾਵਾਂ ਹੁੰਦੇ, ਵੀਰ ਭੈਣਾਂ ਦੇ ਮਾਪੇ ਬਣਦੇ ਜਾਨ ਹੁੰਦੇ ਨੇ ਮਾਵਾਂ ਦੀ, ਹੱਕ ਦੇ ਟੁੱਟੇ ਨਾ ਗੱਲ ਵੱਕੜੀ ਰੱਬਾ ਸਕੇ ਭਰਾਵਾਂ ਦੀ, ਕਦੇ ਟੁੱਟੇ ਨਾ ਗੱਲ ਵੱਕੜੀ ਰੱਬਾ ਸਕੇ ਭਰਾਵਾਂ ਦੀ। ਜਿਹੜਾ ਮੈਨੂੰ ਅੰਤਰਾ ਮੈਨੂੰ ਪਸੰਦ ਸੀਗਾ ਉਹ ਸੀਗਾ ਆਖਰੀ ਅੰਤਰਾ ਸੀਗਾ, ਵਿਹੜੇ ਪੈਂਦੀਆਂ ਰਹਿਣ ਕਿੱਕਲੀਆਂ ਪਿਆਰ ਮੁਹੱਬਤ ਫਲਦੇ, ਰੱਖੀ ਮੇਰੇ ਮਾਲਕਾ ਸਾਡੇ ਸਾਂਝੇ ਚੁੱਲ੍ਹੇ ਬਲਦੇ, ਵੀਰ ਵੀਰਾਂ ਦੀ ਮੈਂ ਭੁੱਲ ਗਿਆ ਸਵਾਲ, ਕਰੋਸ ਲਾਈਨ ਭੁੱਲ ਗਈ ਮੈਨੂੰ, ਪਰ ਉਹ ਗੱਲ ਬਹੁਤ ਸੋਹਣੀ ਆ। ਹਾਂ, ਗੱਲ ਪੁੱਛੀ ਸਾਡੇ ਸਾਡੇ ਰਾਜ ਕਾਕੜੇ ਉਹਨਾਂ ਨੇ, ਹਾਂ ਪਰਮਵੀਰ ਰਾਜ ਕਾਕੜੇ ਮਾਰ ਪਵੇ ਨਾ, ਹਾਂ ਜੀ, ਰਾਜ ਕਾਕੜੇ ਮਾਰ ਪਵੇ ਨਾ ਪੱਛਮੀ ਤੇਜ਼ ਹਵਾਵਾਂ ਦੀ, ਕਦੇ ਟੁੱਟੇ ਨਾ ਗੱਲ ਵੱਕੜੀ ਰੱਬਾ ਸਕੇ ਭਰਾ, ਬਹੁਤ ਸੋਹਣੀ ਗੱਲ, ਇਹ ਮੇਰੇ ਦਿਲ ਨੂੰ ਲੱਗਾ ਹੋਇਆ ਗੀਤ ਆ, ਮੇਰੇ ਕੋਲ ਰਿਪੀਟ ਤੇ ਲੱਗਿਆ ਹੋਇਆ ਹੁੰਦਾ। ਅੱਛਾ, ਇੱਕ ਸਵਾਲ ਮੈਂ ਖੁਸ਼ਪਿੰਦਰ ਹੋਣਾ ਨੂੰ ਵੀ ਪੁੱਛਿਆ ਸੀ, ਤੁਹਾਨੂੰ ਵੀ ਜ਼ਰੂਰ ਪੁੱਛੂਗਾ ਕਿਉਂਕਿ ਸਮੇਂ ਦੀ ਬਹੁਤ ਜ਼ਿਆਦਾ ਆਪਣੇ ਕੋਲ ਥੋੜ੍ਹ ਆ। ਨਿਊਜ਼ੀਲੈਂਡ ਦੇ ਵਿੱਚ ਤੁਸੀਂ ਸਾਡੀਆਂ ਜਿਹੜੀਆਂ ਇੱਥੋਂ ਦੀਆਂ ਸਿੱਖ ਖੇਡਾਂ ਨੇ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ, ਪਹਿਲਾਂ ਤਾਂ ਉਹਦੇ ਲਈ ਬਹੁਤ ਬਹੁਤ ਧੰਨਵਾਦ। ਸੋ ਮੈਨੂੰ ਦੱਸੋ ਕਿਸ ਤਰ੍ਹਾਂ ਦਾ ਤਜਰਬਾ ਰਿਹਾ, ਕਿਹਨਾਂ ਕਿਹਨਾਂ ਰੂਹਾਂ ਦੇ ਨਾਲ ਮੇਲ ਗੇਲ ਹੋਏ ਔਰ ਕਿੰਨਾ ਕੁ ਤੁਸੀਂ ਆਨੰਦ ਲਿਆ, ਉਹ ਸਾਨੂੰ ਜ਼ਰੂਰ ਦੱਸੋ। ਇਹ ਵੇਖੋ ਜੀ, ਮੇਲਾ ਸ਼ਹਿਰਾ, ਮੈਂ ਲਿਖਿਆ ਵੀ ਸੀਗਾ ਕਿ ਮੇਲਾ ਸ਼ਬਦ ਸ਼ਾਇਦ ਬਣਿਆ ਹੀ ਮੇਲ ਤੋਂ ਆ, ਕਿ ਵੱਧ ਤੋਂ ਵੱਧ ਤੁਹਾਡੇ ਜਿਹੜੇ ਚਾਹੁਣ ਵਾਲਿਆਂ ਨਾਲ ਜਾਂ ਤੁਹਾਡੇ ਨਵੇਂ ਲੋਕਾਂ ਨਾਲ ਨਵੀਆਂ ਦੋਸਤੀਆਂ ਜਿਹੜੇ ਉਹਨਾਂ ਨਾਲ ਮੇਲ ਮਿਲਾਪ ਹੁੰਦਾ ਆ ਜੀ। ਔਰ ਮੈਂ ਜਦੋਂ ਤੋਂ ਇੱਥੇ ਆਸਟ੍ਰੇਲੀਆ ਆਇਆ ਆ, ਮੇਰੀ ਕੋਸ਼ਿਸ਼ ਹੁੰਦੀ ਕਿ ਕੋਈ ਵੀ ਮੇਲਾ ਚਾਹੇ ਖੇਡ ਮੇਲਾ ਮੈਂ ਮਿਸ ਨਾ ਕਰਾਂ, ਕਿਉਂਕਿ ਮੇਰਾ ਪੈਸ਼ਨ ਆ, ਮੇਰਾ ਜਿਹੜਾ ਮੈਨੂੰ ਪੀਪਲਸ ਪਰਸਨ ਹੈ, ਜਿਵੇਂ ਜੇ ਮੈਨੂੰ ਕਹਿੰਦੇ ਵੀ ਮੈਨੂੰ ਕਿਸੇ ਤੁਸੀਂ ਭਾਵੇਂ ਸੋਨੇ ਦੀ ਥਾਂ ਨੂੰ ਗੱਡ ਦਿਓ ਤੇ ਮੈਨੂੰ ਆਲੇ ਦੁਆਲੇ ਲੋਕਾਂ ਨੂੰ ਤੋੜ ਦਿਓ ਤੇ ਮੈਂ ਚੌਥੇ ਦਿਨ ਮਰ ਜਾਊਂਗਾ। ਸੋ ਮੈਨੂੰ ਲੋਕ ਜਿਹੜੇ ਆ ਪਿਆਰ ਉਹਨਾਂ ਨਾਲ ਮੈਨੂੰ ਮੁਹੱਬਤ ਆ, ਜਦੋਂ ਮੈਨੂੰ ਮਿਲਦੇ ਆ, ਹੁਣ ਇੱਥੇ ਮੈਨੂੰ ਬੱਚਾ ਮਿਲਿਆ 1991 ਦੇ ਵਿੱਚ ਲਿਟਲ ਫਲਾਵਰ ਸਕੂਲ ਦੇ ਵਿੱਚ, ਮੈਂ ਮੁੱਖ ਮਹਿਮਾਨ ਸੀਗਾ ਤੇ ਉਹ ਬੱਚਾ 3 ਸਾਲ ਦਾ ਉਦੋਂ ਸਕੂਲੇ ਪੜ੍ਹਨ ਗਿਆ ਸੀ ਭੰਗੜੇ ਦੀ ਵਰਦੀ ਪਾ ਕੇ, ਭੰਗੜੇ ਦੀ ਵਰਦੀ ਪਾ ਕੇ, ਤੇ ਜਦੋਂ ਉਹਦੇ ਗੱਲ ਕੀਤੀ, ਮੇਰੇ ਕੋਲ ਫੋਟੋ ਚ ਪਈ ਸੀ, ਮੈਨੂੰ ਦਿਖਾਇਆ, ਕਹਿੰਦਾ ਤਾਂ ਪ੍ਰਸੀਲਾ ਮੈਡਮ ਆ, ਆ ਸਾਡੇ ਸਰ ਸੁਰਿੰਦਰ ਸਿੰਘ ਆ, ਤੇ ਉਹ ਇੰਨੀ ਅਪਣੱਤ ਲੱਗੀ ਕਿ ਵੀ ਵੇਖੋ ਕਿੰਨੀ ਛੋਟੀ ਦੁਨੀਆ ਆ, ਕਿੱਥੇ 1991, ਕਿੱਥੇ ਮੁਕਤਸਰ, ਕਿੱਥੇ ਉਹਦਾ ਛੋਟਾ ਬੱਚਾ, ਤੇ ਕੱਲ ਉਹ ਸੋਹਣੀ ਦਸਤਾਰ ਸਜਾ ਕੇ ਸਟੇਜ ਉੱਤੇ ਹਰਮੀਤ ਸਿੰਘ ਜਿਹੜਾ ਆ ਸ਼ਿੰਗਾਰ ਬਣੇ, ਆਪਣੇ ਪਿਆਰਿਆਂ ਦੇ ਰੂਬਰੂ ਹੋਏ, ਵੱਖ ਵੱਖ ਜਿਹੜੇ ਪਿੰਡਾਂ ਕਸਬਿਆਂ ਨਿਊਜ਼ੀਲੈਂਡ ਤੋਂ ਜਿਹੜੇ ਸਾਡੇ ਪੰਜਾਬੀ ਭਾਈਚਾਰਾ ਹੁਣ ਪ੍ਰਫੁੱਲਤ ਹੋ ਰਿਹਾ, ਉਹਨਾਂ ਦੇ ਨਾਲ ਤੁਹਾਡੇ ਵਿਚਾਰਾਂ ਦੀ ਸਾਂਝ ਪਈ। ਅੱਜ ਸਟੂਡੀਓ ਦੇ ਵਿੱਚ ਥੋੜਾ ਗਹਿਮਾ ਗਹਿਮੀ ਹੈ, ਪ੍ਰੋਸਟੇਟ ਕੈਂਸਰ ਦੇ ਵਾਸਤੇ ਅਸੀਂ ਲਗਭਗ $7600 ਰੇਜ਼ ਕੀਤਾ ਜੀ 3 ਘੰਟਿਆਂ ਦੇ ਵਿੱਚ, 9 ਵਜੇ ਤੋਂ ਲੈ ਕੇ 12 ਵਜੇ ਤੱਕ। ਸੋ ਇਹ ਇਸ ਤਰ੍ਹਾਂ ਦੇ ਯਤਨ ਜਿਹੜੇ ਨਿਊਜ਼ੀਲੈਂਡ 'ਚ ਅਸੀਂ ਲਗਾਤਾਰ ਆਪਣੇ ਮੀਡੀਆ ਵਾਲੇ ਮਿੱਤਰਾਂ ਦੇ ਨਾਲ, ਬਸਿਆਲਾ ਜੀ ਨੇ, ਡੇਲੀ ਖਬਰ ਤੋਂ ਸ਼ਰਨ ਜੀ ਨੇ, ਅਸੀਂ ਰਲ ਮਿਲ ਕੇ ਇਹਨਾਂ ਸਾਰੇ ਯਤਨਾਂ ਦੇ ਵਿੱਚ ਹਮੇਸ਼ਾ ਕੋਸ਼ਿਸ਼ ਕਰੀ ਦੀ ਕਿ ਵਾਈਡਰ ਕਮਿਊਨਿਟੀ ਦੇ ਤੱਕ ਪੰਜਾਬੀਆਂ ਦੀ ਜਿਹੜੀ ਅਪਣੱਤ ਆ, ਪੰਜਾਬੀਆਂ ਦਾ ਜਿਹੜਾ ਸੁਭਾਅ ਆ, ਉਹਦਾ ਹਰ ਰੰਗ ਜਿਹੜਾ ਪਹੁੰਚ ਸਕੇ। ਆਖਰ ਦੇ ਵਿੱਚ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਤੋਂ ਛੋਟਿਆਂ ਨੂੰ,
कोई सुनेहा जरूर दे के जाओ नवे पूर के मुंडे कुड़ियां नू, क्योंकि तुसी लाइसेंस इमीग्रेशन एडवाइजर हो, तुहाडे को हर तरह के केस आउंदे ने, बहुत बरीक नज़र है तुहाडी, जिहदे विचों समाजिक ते सभ्याचारक ते नाल नाल धार्मिक दुविधा जिहड़ी है वह सुखाली तुसी लभ लैंदे हो। सो उहदे मद्देनज़र मैं चाहांगा एक सुनेहा जरूर साडे प्यारिआं नू दे के जाओ। देखो जी सुनेहा तां बच्चिआं नू इही है कि जिहड़ा एजेंटां दे भरम जाल दे विच ना फसो जी, हर तरीके नाल जायज ढंग नाल इत्थे जिहड़ा आओ, जायज ढंग नाल जो कुछ तुहाडे ते वीजा शर्तां लगदियां ने जी उहनां दा सत्कार करो। जिहड़ा वर्क परमिट वाला जिहड़ा एक ड्रामा रचा जा रहा है, हाँ जी, मैं तां कहिंदा कि देखदे एक रात लई मैनूं मुख्यमंत्री बना दिंदा, ते जिन्ने पंजाब दे जिहड़े एजेंट आ पहिलां तां मैं इहनां नूं नत्थ पावां, इन्हां दे शब्द मूंह दे विचों वर्क परमिट मैं शब्द ही खोलवां, क्योंकि इस शब्द नाल सब तों वध पंजाब नूं लुट्टिआ गिआ। ओए होए गुड़ ला के अपने सौदा वेचण दी कोशिश करनी है, बिलकुल सो सानू सकृत रहना चाहीदा और अपना ख्याल रखो, जिहड़ा जदों इत्थे पहुंच गए इत्थे प्यार मुहब्बत नाल रहो, जिहड़े शरीके आ ਜਿਹੜੀਆਂ ਜਿਦਾਂ ਨੇ ਜਾਂ ਜਿਹੜਾ ਘੈਂਟ ਪੁਣਾ ਆ ਉਹਨੂੰ ਪਾਸੇ ਛੱਡ ਕੇ ਅਕਲ ਵਾਲੀ ਗੱਲ ਜਿਹੜੀ ਆ ਉਸ ਪਾਸੇ ਧਿਆਨ ਜ਼ਿਆਦਾ ਦਿਓ, ਕਿਉਂਕਿ ਸਾਡੇ ਪੰਜਾਬੀਆਂ ਦੇ ਵਿੱਚ ਘੈਂਟ ਬਣਨਾ ਜਿਹੜਾ ਜ਼ਿਆਦਾ ਜਿਹੜਾ ਚੰਗਾ ਸਮਝਦੇ ਆ ਉਹਦੀ ਨਿਸਬਤ ਕਿ ਅਕਲਮੰਦ ਬਣਾ। ਜੇ ਅਸੀਂ ਅਕਲਮੰਦ ਬਣਨ ਵੱਲ ਧਿਆਨ ਦਈਏ ਤਾਂ ਅਸੀਂ ਘੈਂਟ ਤਾਂ ਆਪਣਾ ਵੀ ਬਣ ਜਾਣਾ। ਆਖਰ ਦੇ ਵਿੱਚ ਸੱਭਿਆਚਾਰਾਂ ਦੀਆਂ ਗੱਲਾਂ ਹੋਈਆਂ, ਗੀਤਾਂ ਦੀਆਂ ਗੱਲਾਂ ਹੋਈਆਂ, ਸਾਹਿਤ ਦੀਆਂ ਗੱਲਾਂ ਹੋਈਆਂ, ਸਵਾਦ ਉਦੋਂ ਆਊਗਾ ਜੇ ਜਾਣ ਲੱਗਿਆ ਪ੍ਰਭਜੋਤ ਸੰਧੂ ਹੁਣੀ ਕੋਈ ਨਾ ਕੋਈ ਆਪਣੇ ਮਨਪਸੰਦ ਦਾ ਸ਼ੇਰ ਜਿਹੜਾ ਉਹ ਕਹਿ ਕੇ ਤਾਂ ਅਲਵਿਦਾ ਕਹਿਣ। ਦੇਖੋ ਸ਼ੇਰ ਤਾਂ ਜਿਹੜੇ ਆ ਮੈਨੂੰ ਬਹੁਤੇ ਨਹੀਂ ਆਉਂਦੇ, ਸ਼ੇਰ ਤਾਂ ਮੈਂ ਜਿਹੜੇ ਗੀਤਾਂ ਨੂੰ ਜ਼ਰੂਰ ਮੈਂ ਜਿਹੜੇ ਨੇ ਜ਼ਿਆਦਾ ਸੁਣਦਾ ਆ ਫੋਲੋ ਕਰਦਾ ਆ, ਮਤਲਬ ਚਾਂਦੀ ਰਾਮ ਤੋਂ ਲੈ ਕੇ ਦਲਜੀਤ ਦੁਸਾਂਝ ਤੱਕ ਛੱਲੀਆਂ ਬਣਾ ਲਈ ਦਾਣੇ ਮਿੱਤਰਾ ਦੂਰ ਆ ਲੈ ਯਾਰ ਮੇਰੇ ਮਿੱਤਰਾ ਦੂਰ ਦਿਆ, ਸੋ ਅਸੀਂ ਤੁਹਾਡੇ ਜਿਹੜੇ ਆ ਤੁਹਾਡੀਆਂ ਛੱਲੀਆਂ ਲੈ ਚੱਲੇ ਆ ਦਾਣੇ, ਅਸੀਂ ਜਾ ਕੇ ਆਸਟ੍ਰੇਲੀਆ ਬਣਾਉਣੇ ਆ। ਕੀ ਬਾਤ, ਜਾ ਕੇ ਬਣਾ ਕੇ ਦਾਣੇ ਤੇ ਰੋਜ਼ ਹੀ ਬਣੀ ਰਹੇ। ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਛੋਟੇ ਸਮੇਂ ਬਹੁਤ ਥੋੜੇ ਸਮੇਂ ਦੇ ਵਿੱਚ ਤੁਸੀਂ ਕੁਝ ਸਮੁੰਦਰ ਬੰਦ ਕਰਤਾ ਤੇ ਪ੍ਰਮਾਤਮਾ ਇਹਦੀ ਤੁਹਾਨੂੰ ਤੋਫੀਕ ਬਖਸ਼ਦਾ ਰਹੇ, ਸਮਰੱਥ ਗੁਰੂ ਸਰਹੱਦ ਤਰੇ, ਧੰਨਵਾਦ, ਸਤਿ ਸ੍ਰੀ ਅਕਾਲ ਜੀ। ਇਹ ਸਨ ਪ੍ਰਭਜੋਤ ਸਿੰਘ ਸੰਧੂ ਜਿਹੜੇ ਕਿ ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਤੋਂ ਖਾਸ ਤੌਰ ਤੇ ਸਿਡਨੀ ਤੋਂ ਤਸ਼ਰੀਫ ਲਾਏ ਸਨ। ਬਲੈਕ ਟਾਊਨ ਹਲਕੇ ਦੇ ਵਿੱਚ ਇੱਕ ਇਲਾਕਾ ਬੈਲਾ ਵਿਸਟਾ, ਉੱਥੋਂ ਦੇ ਵਸਨੀਕ ਨੇ ਅਤੇ ਵੱਖ ਵੱਖ ਸਮਿਆਂ ਦੇ ਉੱਤੇ ਜਿਹੜੀਆਂ ਸਾਡੀਆਂ ਸਮਾਜਿਕ ਧਾਰਮਿਕ ਅਤੇ ਸੱਭਿਆਚਾਰਕ ਸਰਗਰਮੀਆਂ ਨੇ ਉੱਥੇ ਇਹਨਾਂ ਦੀ ਹਾਜ਼ਰੀ ਲੱਗਦੀ ਹੈ। ਆਉਂਦੇ ਸਮਿਆਂ ਦੇ ਵਿੱਚ ਵੀ ਇਹਨਾਂ ਦੇ ਨਾਲ ਵੱਖ ਵੱਖ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਦੇ ਰਹਾਂਗੇ। ਮੈਨੂੰ ਪਰਮਿੰਦਰ ਇੱਥੇ ਦੇ ਇਜਾਜ਼ਤ, ਸਾਡਾ ਤੁਹਾਡਾ ਰੱਬ ਰਾਖਾ।